ਕਦੇ ਪ੍ਰੀ ਵੈਡਿੰਗ ਦੇ ਲਈ ਇਦਾਂ ਦੇ ਪ੍ਰਬੰਧ ਕੀਤੇ ਹੁੰਦੇ ਹਨ ਜਿਸ ਤਰ੍ਹਾਂ ਇਹਨਾਂ ਵੀਰਾਂ ਨੇ ਪ੍ਰਬੰਧ ਕੀਤੇ ਨੇ ਇੱਥੋਂ ਐਂਟਰੀ ਹੋਏਗੀ ਤੇ ਬਿਲਕੁਲ ਇਹ ਤਸਵੀਰ ਜਾਲੀਆਂ ਜਾਲੀਆਂ ਲੱਗੀਆਂ ਤੁਸੀਂ ਆਲੇ-ਦੁਆਲੇ ਦੇਖ ਸਕਦੇ ਹੋ ਗਮਲੇ ਪਏ ਨੇ ਪੌਦੇ ਲਗਾ ਦਿੱਤੇ ਗਏ ਨੇ ਪੇੜ ਲਗਾ ਦਿੱਤੇ ਗਏ ਨੇ ਅੰਦਰ ਐਂਟਰੀ ਕਰਦੇ ਆ ਇਹ ਲੱਗੇ ਤੁਸੀਂ ਵੱਡੇ-ਵੱਡੇ ਪੱਖੇ ਦੇਖ ਸਕਦੇ ਹੋ ਵੱਡੇ-ਵੱਡੇ ਪੱਖਿਆਂ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਨਾਲ ਹੀ ਨੂੰ ਹੋਰ ਅੱਗੇ ਵਧਦੇ ਆ ਲਓ ਕਰ ਲੋ ਗੱਲ ਵੀਰ ਪ੍ਰਸ਼ਾਦਾ ਦੇ ਤਿਆਰ ਕਰਨ ਲੱਗੇ ਹੋਏ ਨੇ ਵੀਰਾਂ ਨਾਲ ਗੱਲਬਾਤ ਕਰਦੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਵੀਆਂ ਸਿੱਖਿਆਵਾਂ ਮਿਲੀਆਂ ਕਿਉਂਕਿ ਅਸੀਂ ਪ੍ਰਸ਼ਾਦਾ ਬਣਾਉਣਾ ਸਿੱਖਿਆ ਲੋਕਾਂ ਨੂੰ ਬਾਬੇ ਨਾਨਕ ਦਾ ਲੰਗਰ ਲਾਉਣਾ ਸਿੱਖਿਆ ਸ਼ਾਦੀ.com ਚੱਲਦੀ ਹੈ ਕਿਸੇ ਮੁੰਡੇ ਦਾ ਵਿਆਹ ਹੁੰਦਾ ਹੈ ਤੇ ਅਖਬਾਰ ਦੇ ਵਿੱਚ ਵੀ ਨਿਊਜ਼ ਦਿੱਤੀ ਜਾਂਦੀ ਹੈ ਨਾ ਤੇਰਾ ਮਤਲਬ ਜਦੋਂ ਤੇਰਾ ਵਿਆਹ ਹੋਊਗਾ ਤੇ ਉਹਦੇ ਵਿੱਚ ਖਾਸ ਲਿਖ ਕੇ ਲਾਉਣਾ ਪਊਗਾ ਇਹ ਨਾ ਵੀ ਮੁੰਡਾ ਰੋਟੀਆਂ ਵੀ ਪਕਾਉਣਾ ਸਿੱਖਦਾ ਭਾਈ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਨੇ ਜੀ ਵੀਰ ਦੀਆਂ ਤਸਵੀਰਾਂ ਜਿਹੜੇ ਕਹਿੰਦੇ ਨੇ ਵੀ ਹਾਂ ਪੰਜਾਬ ਦੇ ਜਿਹੜੇ ਮੁੰਡੇ ਨੇ ਉਹ ਵਾਰਾ ਕਰਦੀਆਂ ਕਰਦੇ ਫਿਰਦੇ ਨੇ ਕਿੱਧਰ ਨੂੰ ਭੱਜੇ ਫਿਰਦੇ ਨੇ ਕੰਮ ਨਹੀਂ ਕਰਦੇ ਆਪਣੇ ਬਾਪੂ ਦੇ ਨਾਲ ਲਾ ਕੇ ਕੰਮ ਕਰਾਉਂਦਾ ਮੁੰਡਾ ਸਤਿ ਸ੍ਰੀ ਅਕਾਲ ਜੀ ਸੁਰਖਾਬ ਟੀਵੀ ਦੇਖ ਰਹੇ ਹੋ ਮੈਂ ਅਮਰਪ੍ਰੀਤ ਸਿੰਘ ਗੁਜਰਵਾਲ ਸਮੇਂ-ਸਮੇਂ ਤੇ ਬਾਰਡਰਾਂ ਦੇ ਉੱਪਰ ਕਿਸਾਨਾਂ ਦੇ ਰਹਿਣ ਵਸੇਰਿਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਸਰਦੀ ਦੀ ਗੱਲ ਕਰੀਏ ਤੇ ਟਰਾਲੀਆਂ ਦੇ ਵਿੱਚ ਲੱਗੇ ਹੋਏ ਹੀਟਰ ਵੀ ਦਿਖਾਏ ਨੇ ਬਹੁਤ ਸੋਹਣੇ ਪ੍ਰਬੰਧ ਕਿਸਾਨਾਂ ਨੇ ਕੀਤੇ ਨੇ ਜਿਹੜੀ ਅੱਜ ਤੁਹਾਨੂੰ ਤਸਵੀਰ ਦਿਖਾਉਣੀ ਹੈ ਇਹ ਬੜੀ ਖਾਸ ਹੈ ਤੇ ਖਾਸ ਪ੍ਰਬੰਧ ਕੀਤੇ ਗਏ ਨੇ ਵੇਰਿਆਂ ਦੇ ਵੱਲੋਂ ਪਹਿਲਾਂ ਸਾਹਮਣੇ ਬੋਰਡ ਤੇ ਦਿਖਾਉਨੇ ਆ ਤੁਹਾਨੂੰ ਕਿਸ ਤਰ੍ਹਾਂ ਲਿਖਿਆ ਹੈ ਪੀਵੀ 33 ਵਾਲੇ ਕਿਉਂਕਿ ਜਿਹੜਾ ਜਿੱਦਾਂ ਦਾ ਕੋਈ ਪ੍ਰਬੰਧ ਕਰ ਰਿਹਾ ਹੈ ਉਹ ਆਪਣੇ ਪਿੰਡ ਨੂੰ ਦਿਖਾਉਣ ਦੇ ਲਈ ਇਹ ਸਾਰੇ ਪ੍ਰਬੰਧ ਕਿਸਾਨਾਂ ਦੇ ਵੱਲੋਂ ਕਰ ਦਿੱਤੇ ਗਏ ਨੇ ਤੁਸੀਂ ਵੇਖੋਗੇ ਪਰਦੂਸ਼ਨ ਨੂੰ ਬਾਤ ਪਾਉਣ ਦੇ ਲਈ ਇਸ ਵੇਲੇ ਜਿਹੜਾ ਇਹ ਸਾਹਮਣੇ ਪਾਣੀ ਦਾ ਨਾਲਾ ਵਗਦਾ ਹੈ ਇਹਦੇ ਉੱਪਰ ਵੀ ਜਾਲੀਆਂ ਲਾਈਆਂ ਨੇ ਕਿਸਾਨਾਂ ਨੇ ਤਾਂ ਜੋ ਗੰਦਗੀ ਤੋਂ ਬਚਿਆ ਜਾ ਸਕੇ ਜਦੋਂ ਐਂਟਰੀ ਕਰਦੇ ਆ ਪੌਦੇ ਲਗਾ ਦਿੱਤੇ ਗਏ ਨੇ ਬਕਾਇਦੇ ਜਿਹੜੇ ਨੇ ਉਹ ਪ੍ਰਬੰਧ ਕਰ ਦਿੱਤੇ ਗਏ ਨੇ ਐਂਟਰੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਹਮਣੇ ਤਸਵੀਰਾਂ ਕਦੇ ਪ੍ਰੀ ਵੈਡਿੰਗ ਦੇ ਲਈ ਇਦਾਂ ਦੇ ਪ੍ਰਬੰਧ ਕੀਤੇ ਹੁੰਦੇ ਹਨ ਜਿਸ ਤਰ੍ਹਾਂ ਇਹਨਾਂ ਵੀਰਾਂ ਨੇ ਪ੍ਰਬੰਧ ਕੀਤੇ ਨੇ ਇੱਥੋਂ ਐਂਟਰੀ ਹੋਏਗੀ ਤੇ ਬਿਲਕੁਲ ਇਹ ਤਸਵੀਰ ਜਾਲੀਆਂ ਜਾਲੀਆਂ ਲੱਗੀਆਂ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਗਮਲੇ ਪਏ ਨੇ ਪੌਦੇ ਲਗਾ ਦਿੱਤੇ ਗਏ ਨੇ ਪੇੜ ਲਗਾ ਦਿੱਤੇ ਗਏ ਨੇ ਅੰਦਰ ਐਂਟਰੀ ਕਰਦੇ ਆਂ ਤੇ ਵੀਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਨਾਲ ਦੀ ਨਾਲ ਕਿੰਨਾ ਵੀਰਾਂ ਨੇ ਇਹ ਖਾਸ ਪ੍ਰਬੰਧ ਕੀਤੇ ਨੇ ਸੋਹਣੇ ਪ੍ਰਬੰਧ ਕੀਤੇ ਨੇ ਸਫਾਈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਾਰੇ ਜਗ੍ਹਾ ਦੇ ਉੱਪਰ ਚੰਗੀ ਤਰ੍ਹਾਂ ਝਾੜੂ ਮਾਰ ਦਿੱਤਾ ਗਿਆ ਹੈ ਤੇ ਖਾਸ ਪ੍ਰਬੰਧ ਕਰ ਦਿੱਤੇ ਗਏ ਨੇ ਕੋਈ ਵੀ ਜਿਹੜੀ ਚੀਜ਼ ਫੋਕਟ ਹੁੰਦੀ ਹੈ ਤੋਂ ਇਸ ਤਰ੍ਹਾਂ ਇਸ ਡਰਮ ਦੇ ਵਿੱਚ ਜਾਲ ਦਿੱਤੀ ਜਾਂਦੀ ਹੈ ਤੇ ਰਾਖ ਬਣਾ ਕੇ ਸਾਈਡ ਤੇ ਕਿਤੇ ਸੁੱਟ ਦਿੱਤਾ ਜਾਂਦਾ ਹੈ ਡਰਮ ਨੂੰ ਨਾਲ ਚੀਜ਼ਾਂ ਇੱਧਰ ਤਸਵੀਰਾਂ ਦਿਖਾਉਂਦੇ ਆ ਤੁਹਾਨੂੰ ਕਿਸ ਤਰ੍ਹਾਂ ਜਾਲੀਆਂ ਲੱਗੀਆਂ ਨੇ ਕਦੇ ਇਹ ਵੀਰ ਟਰਾਲੀਆਂ ਦੇ ਵਿੱਚ ਰੈਣ ਵਸੇਰਾ ਕਰਦੇ ਸੀ ਸਿਆਲਾਂ ਦੇ ਵਿੱਚ ਗਰਮੀਆਂ ਦਾ ਪ੍ਰਬੰਧ ਹੈ ਬਿਲਕੁਲ ਸਾਹਮਣੇ ਸਾਰਾ ਜਾਲੀ ਦੇ ਨਾਲ ਕਵਰ ਕੀਤਾ ਗਿਆ ਹੈ 5-6 ਜਣੇ ਆਰਾਮ ਦੇ ਨਾਲ ਇਹਨਾਂ ਬੈੱਡਾਂ ਦੇ ਉੱਪਰ ਸੌ ਸਕਦੇ ਨੇ ਹੋਰ ਅੱਗੇ ਚੱਲਦੇ ਆ ਠੀਕ ਹੈ ਇਸੇ ਤਰ੍ਹਾਂ ਦਾ ਪ੍ਰਬੰਧ ਇਹ ਲੱਗੇ ਤੁਸੀਂ ਵੱਡੇ ਵੱਡੇ ਪੱਖੇ ਦੇਖ ਸਕਦੇ ਹੋ ਵੱਡੇ ਵੱਡੇ ਪੱਖਿਆਂ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਨਾਲ ਹੀ ਤੇ ਅੱਗੇ ਚੱਲ ਕੇ ਜਿਹੜੇ ਵਕਾਇਦਾ ਮੰਝੇ ਲਾਏ ਨੇ ਬੈੱਡ ਲਗਾ ਦਿੱਤੇ ਗਏ ਨੇ ਤਰਪਾਲਾਂ ਪਾ ਦਿੱਤੀਆਂ ਗਈਆਂ ਨੇ ਐਡੇ ਵੱਡੇ ਵੱਡੇ ਪੱਖੇ ਲਾ ਕੇ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਹੋਰ ਅੱਗੇ ਵਾਧੇ ਹਨ ਦੋ ਟਰਾਲੀਆਂ ਵੀ ਖੜੀਆਂ ਨੇ ਜਿਨ੍ਹਾਂ ਦੇ ਵਿੱਚ ਸਿਆਲਾਂ ਦੇ ਵਿੱਚ ਵੀਰਾਂ ਨੇ ਰਹਿائش ਕੀਤੀ ਹੈ ਇੱਥੇ ਵੀ ਮੰਜੇ ਬਿਸਤਰੇ ਜਿਹੜੇ ਪਏ ਨੇ ਸਾਹਮਣੇ ਤੁਸੀਂ ਬਿਸਤਰੇ ਦੇਖ ਸਕਦੇ ਹੋ ਇਹਦੇ ਵਿੱਚ ਵੀ ਜਿਹੜੇ ਕਿਸਾਨ ਵੀਰ ਰਹਿائش ਕਰਦੇ ਨੇ ਇਹ ਸਾਰਾ ਇੱਕ ਪਿੰਡ ਦੇ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਜਾਲੀਆਂ ਦੇਖ ਸਕਦੇ ਹੋ ਕਿਵੇਂ ਆਲੇ ਦੁਆਲੇ ਸਾਰੀਆਂ ਜਾਲੀਆਂ ਲਗਾ ਦਿੱਤੀਆਂ ਗਈਆਂ ਨੇ ਮੱਖੀਆਂ ਤੋਂ ਬਚਣ ਲਈ ਮੱਛਰਾਂ ਤੋਂ ਬਚਣ ਲਈ ਖਾਸ ਪ੍ਰਬੰਧ ਹੈ ਵੀਰ ਸਾਡੇ ਨਾਲ ਨੇ ਅੱਗੇ ਗੱਲਬਾਤ ਕਰਦੇ ਕਿਵੇਂ ਕਾਨਿਆਂ ਦੀ ਝੌਂਪੜੀ ਬਣਾ ਦਿੱਤੀ ਗਈ ਹੈ ਵਕਾਇਦਾ ਪ੍ਰਬੰਧ ਕੀਤੇ ਨੇ ਕੌਣ ਨੇ ਇਸ ਝੌਂਪੜੀ ਦੇ ਵਿੱਚ ਕਿਹੜੇ ਵੀਰ ਨੇ ਕੀ ਗੱਲਾਂ ਬਾਤਾਂ ਕਰਨਗੇ ਕਿਸਾਨੀ ਬਾਰੇ ਕੀ ਗੱਲਾਂ ਕਰਨੀਆਂ ਚਾਹੁੰਦੇ ਨੇ ਇੱਥੇ ਰਹਿائش ਬਾਰੇ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ ਪਰੇਸ਼ਾਨੀਆਂ ਤੇ ਨਹੀਂ ਆਉਂਦੀਆਂ ਚੜ੍ਹਦੀ ਕਲਾ ਦੇ ਵਿੱਚ ਨੇ ਇਹ ਸਾਰੇ ਸਵਾਲ ਹੋਣਗੇ ਇਹਨਾਂ ਨੂੰ ਹੋਰ ਅੱਗੇ ਵਧਦੇ ਆ ਲਓ ਕਰ ਲੋ ਗੱਲ ਵੀਰ ਪ੍ਰਸ਼ਾਦੇ ਤਿਆਰ ਕਰਨ ਲੱਗੇ ਹੋਏ ਨੇ ਵੀਰਾਂ ਨਾਲ ਗੱਲਬਾਤ ਕਰਦੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਫੀ ਗੱਲ ਜੀ ਕਿਵੇਂ ਲੱਗਦਾ ਵੀਰ ਜੀ ਇੱਥੇ ਰਹਿائش ਕਰਨੀ ਪਹਿਲੀ ਗੱਲ ਤੇ ਅਸੀਂ ਤੁਹਾਨੂੰ ਮੁਬਾਰਕ ਵੀ ਦਿੰਨੇ ਆ ਯਾਰ ਸਫਾਈ ਬੜੀ ਰੱਖੀ ਐ ਤੁਸੀਂ ਹਾਂਜੀ ਭਾਈ ਜੀ ਐ ਭਾਈ ਸਫਾਈ ਪੂਰੀ ਰੱਖੀ ਆ ਪਹਿਲੇ ਦਿਨ ਤੋਂ ਹੀ ਭਾਈ ਸਫਾਈ ਪੂਰੀ ਆ ਹਾਂਜੀ ਬਾਕੀ ਕੋਈ ਸਾਰੇ ਸਹੀ ਆ ਜੀ 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 ਪ੍ਰਸ਼ਾਦਾ ਪਾਣੀ ਵੀਰੇ ਤਿਆਰ ਕਰਨਾ ਕਿਵੇਂ ਲੱਗਦਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਆਪਣਾ ਰੋਜ਼ ਮਗਾ ਬਣਾ ਕੇ ਸ਼ਹੀਦਾ ਭਾਜੀ ਪ੍ਰਸ਼ਾਦਾ ਰੋਜ਼ੀ ਆਪਣਾ ਬਣਾਉਂਦੇ ਆ ਜੀ ਰੋਜ਼ੀ ਜਿਵੇਂ ਤੁਸੀਂ ਸਿਆਲਾਂ ਦੇ ਵਿੱਚ ਟਰਾਲੀਆਂ ਦਾ ਪ੍ਰਬੰਧ ਕੀਤਾ ਸੀਗਾ ਗਰਮੀਆਂ ਦੇ ਵਿੱਚ ਹੁਣ ਕਿਹੜੇ ਕਿਹੜੇ ਖਾਸ ਪ੍ਰਬੰਧ ਕੀਤੇ ਨੇ ਅਸੀਂ ਵੈਸੇ ਤੇ ਦਰਸ਼ਕਾਂ ਨੂੰ ਸਾਰਾ ਦਿਖਾ ਦਿੱਤਾ ਹੈ ਵਾਰ ਕਲਾ ਕਲਾ ਅੱਜ ਹੁਣ ਆਪਣਾ ਮਗਾ ਏਸੀ ਦਾ ਪ੍ਰਬੰਧ ਕਰ ਰਹੇ ਆ ਜੀ ਪਿਛੋਂ ਏਸੀਆਂ ਕੋ ਟਰਾਲੀਆਂ ਇੱਕ ਬਣ ਕੇ ਪਿਛੋਂ ਆਉਗੀ ਆਪਣੀ ਏਸੀ ਉਹ ਏਸੀ ਦਾ ਪ੍ਰਬੰਧ ਕਰਾਂਗੇ ਜੀ ਪੱਕਾ ਜਾਨੀ ਕਿ ਜਿਹੜੀ ਟਰਾਲੀ ਵੀ ਤੁਸੀਂ ਤਿਆਰ ਕਰਕੇ ਲੈ ਜਾ। ਹਾਂਜੀ ਜੀ ਹਾਂਜੀ ਉਹ ਮਗਰ ਤਿਆਰ ਕਰਕੇ ਲੈ ਕੇ ਆਉਣੇ ਜੀ ਜੀ। ਪ੍ਰਸ਼ਾਦਾ ਪਾਣੀ ਇੱਥੇ ਪਰਸਨਲ ਆਪ ਦਾ ਆਪ ਲਾਉਨੇ ਹੋ ਜਾਂ ਲੰਗਰ ਦੇ ਵਿੱਚ ਵੀ। ਆਪਣਾ ਜੀ ਆਪ ਹੀ ਮੈਂ ਕਲਾਈਦਾ ਜੀ ਸਵੇਰ ਨੂੰ ਕੋਰਾਂ ਲਾਈਦਾ ਸ਼ਾਮ ਨੂੰ ਜੀ ਸਬਜ਼ ਬਣਾਈਦੀ ਆ। ਲੋ ਜੀ ਡੇਲੀ। ਜੀ ਜੀ। ਅ ਕੁੱਝ ਸਮਾਂ ਕੱਢ ਕੇ ਸਟੇਜ ਤੇ ਜਾਂਦੇ ਹੋਮੋਗੇ ਉੱਥੇ ਲੋਕਾਂ ਨੂੰ ਮਿਲਦੇ ਹੋਮੋਗੇ ਲੋਕਾਂ ਵਿੱਚ ਕਿਹੜੀਆਂ ਗੱਲਾਂ ਚੱਲਦੀਆਂ ਨੇ। ਲੋਕਾਂ ਦੇ ਵਿੱਚ ਭਾਜੀ ਹੁਣ ਪ੍ਰਸ਼ਾਦਾ ਬਹੁਤ ਸੇਵਾ ਦੁਆਰਾ ਵੱਧ ਗਿਆ ਆ ਪਹਿਲਾਂ ਖੁਸ਼ ਮੈਂ ਕੋਈ ਪ੍ਰੋਬਲਮ ਸੇਵਾ ਦੁਆਰਾ ਵੱਧ ਗਿਆ ਆ। ਇਹਨ ਲੋਕੀ ਮੈਂ ਗਿਆ ਹੁਣ ਦੁਬਾਰਾ ਆਉਣ ਲੱਪੇ ਬਾਈ ਕਾਫੀ ਲੋਕ ਆ ਰਹੇ ਚੜ੍ਹਦੀ ਕਲਾ ਦੇ ਚੜ੍ਹਦੀ ਚੜ੍ਹਦੀ ਕਲਾ ਲੋਕੀ ਸਰ ਚੜ੍ਹਦੀ ਕਲਾ ਜੀ ਜੀ ਹੋਰ ਵੀਰੇ ਸਾਡੇ ਨਾਲ ਨੇ ਵੀਰੇ ਘਰੋਂ ਜਦੋਂ ਵੀਡੀਓ ਬਣਾ ਕੇ ਘਰੇ ਭੇਜਦੇ ਹੋਮੋਂਗੇ ਕਰਦੇ ਵੀਡੀਓ ਦੇਖਦੇ ਹੋਣਗੇ ਕਹਿੰਦੇ ਹੋਣਗੇ ਵੀ ਸਾਡੇ ਪੁੱਤ ਬੈਠੇ ਰੋਟੀਆਂ ਬਣਾ ਰਹੇ ਨੇ ਕੀ ਕਹਿੰਦੀਆਂ ਨੇ ਮਾਵਾਂ ਮਾਵਾਂ ਕਹਿੰਦੀਆਂ ਜੀ ਜਿੱਦਾਂ ਤੁਸੀਂ ਘਰੇ ਅਸੀਂ ਰੋਟੀਆਂ ਪਕਾਉਂਦੇ ਆਂ ਇਦਾਂ ਤੁਸੀਂ ਉੱਥੇ ਪਕਾ ਕੇ ਜਦੋਂ ਸੰਗਤਾਂ ਨੂੰ ਸਿਖਾਉਂਦੇ ਆਂ ਤੇ ਸਾਨੂੰ ਦੇਖ ਕੇ ਬਹੁਤ ਆਨੰਦ ਆਉਂਦਾ ਜੀ ਹਾਂਜੀ ਜਿਹੜੀ ਇਹ ਝੌਂਪੜੀ ਤਿਆਰ ਕੀਤੀ ਐ ਤੁਸੀਂ ਬੜਾ ਵਧੀਆ ਆਪਾਂ ਝੌਂਪੜੀ ਨਹੀਂ ਰਸੋਈ ਕਹਿ ਸਕਦੇ ਐ ਇਹਨੂੰ ਹਨਾ ਤੁਸੀਂ ਇਹ ਸਾਰੀ ਰਸੋਈ ਦਾ ਪ੍ਰਬੰਧ ਕੀਤਾ ਇਹ ਸਾਰਾ ਸਿਸਟਮ ਕਿਵੇਂ ਬਣਾਇਆ ਕਿੱਥੋਂ ਲੈ ਕੇ ਆਏ ਹੋ ਤੁਸੀਂ ਇਹ ਸਾਰਾ ਇਹ ਸਾਡੇ ਜਿਹੜੇ ਵਰਕਰ ਪਹਿਲਾਂ ਹੀ ਸਾਡੇ ਨਾਲ ਦੇ ਜਿਹੜੇ ਬੰਦੇ ਆ ਉਹਨਾਂ ਨੇ ਪ੍ਰਧਾਨ ਸਾਹਿਬ ਉਹਨਾਂ ਨੇ ਆਹ ਜਿਹੜੇ ਆ ਆਪਣੇ ਆਹ ਬਾਂਸਾਂ ਦਾ ਇਹਨਾਂ ਅਰੇਂਜਮੈਂਟ ਕਰਕੇ ਇਹਨਾਂ ਨੂੰ ਹਾਫ ਹਾਫ ਕਰਕੇ ਵੀ ਸਾਰਾ ਰਸੋਈ ਦਾ ਅਰੇਂਜਮੈਂਟ ਕੀਤਾ ਇੱਥੇ ਹਾਂਜੀ ਕਿਵੇਂ ਵੀਰੇ ਕਿਵੇਂ ਲੱਗਦਾ ਕਿੰਨੇ ਕ ਪਿੰਡ ਤੋਂ ਬੰਦੇ ਆਉਣੇ ਹੋ ਤੁਸੀਂ ਇੱਥੇ ਇਕੱਠੇ ਹੋ ਕੇ ਅਸੀਂ ਵੀਰ ਜੀ 10-10 ਜਣੇ ਆਉਣੇ ਆ 10-10 ਰਹਿਣਾ ਉਹਨਾਂ ਨੇ 10-10 ਨਸੀ ਰਹਿਣਾ ਆ ਸਾਰਿਆਂ ਨੇ ਆਪਣੀ ਡਿਊਟੀ ਪੂਰੀ ਨਿਭਾਉਣੀ ਆ ਬੰਦੇ ਹੋਰ ਵੀ ਤਿਆਰ ਆ ਸਾਡੇ 10 ਮਗਰ ਆਉਣ ਨੂੰ ਹੋਰ 10 ਆ ਜਾਣੇ ਆ ਜੀ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆਉਂਦੀ ਪਿੰਡ ਦੇ ਵਿੱਚ ਕੋਈ ਇਹ ਕਹਿੰਦਾ ਹੋਵੇ ਯਾਰ ਬੰਨਣ ਪੈ ਗਿਆ ਵੀ ਜਾਣਾ ਹੀ ਪੈਂਦਾ ਨਹੀਂ ਵੀਰ ਜੀ ਕੋਈ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਕੋਈ ਮੁਸ਼ਕਲ ਨਹੀਂ ਕੋਈ ਨਹੀਂ ਬੜਾ ਨੰਦਨਾ ਹੋਣ ਦੇ ਬੜੇ ਨੰਦਨਾ ਜਾਣੇ ਇਥੋਂ ਜਿਵੇਂ ਤੁਸੀਂ ਬਾਹਰ ਰਹਿائش ਦਾ ਪ੍ਰਬੰਧ ਕੀਤਾ ਜਾਲੀਆਂ ਲਗਾ ਦਿੱਤੀਆਂ ਨੇ ਕੋਈ ਵੀ ਆ ਕੇ ਰਹਿ ਸਕਦਾ ਜਾਂ ਤੁਸੀਂ ਆਪਣੇ ਲਈ ਕੀਤਾ ਹੈ ਖਾਸ ਕੋਈ ਵੀ ਆਣ ਕੇ ਰਹਿ ਸਕਦਾ ਆ ਸਿਆਲਾ 'ਚ ਸਾਡੇ ਕੋਲ 30 30 ਬੰਦੇ ਰਹਿੰਦੇ ਰਹੇ 25 25 ਰਹਿੰਦੇ ਰਹੇ ਅਲਗ ਲਗਲੇ ਪਿੰਡਾਂ ਦੇ ਸਾਡੇ ਕੋਲ ਇਥੇ ਆਉਂਦੇ ਰਹੇ ਆ ਜੀ ਬੜਾ ਸਾਰਾ ਵਧੀਆ ਸਿਆਲਾ ਕੱਟਿਆ ਸਾਰੇ ਸਾਡੇ ਕੋਲ ਤੰਬੂ ਲਾਏ ਸੀ ਰਹਿਚੀ ਪਹਿਲਾਂ ਛੋਟੇ ਛੋਟੇ ਹੋਰ ਵੱਡੇ ਲਾਇਆ ਦੋ ਤੰਬੂ ਮੱਛਲੇ ਕਿਵੇਂ ਸਮੇਂ-ਸਮੇਂ ਦੇ ਉੱਪਰ ਖਾਸ ਪ੍ਰਬੰਧ ਜਿਹੜਾ ਸਟੇਜ ਦੇ ਉੱਪਰ ਬੀਬੀਆਂ ਭੈਣਾਂ ਦੇ ਲਈ ਕੀਤਾ ਜਾਂਦਾ ਹੈ ਉਹ ਸਾਰਾ ਦਿਨ ਜਿਹੜਾ ਹੁੰਦਾ ਬੀਬੀਆਂ ਭੈਣਾਂ ਨੂੰ ਸਮਰਪਿਤ ਹੁੰਦਾ ਹੈ ਦੋ ਵਾਰ ਇਹ ਚੀਜ਼ ਹੋ ਚੁੱਕੀ ਹੈ ਤੁਹਾਡੇ ਨਗਰ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਾਈਆਂ ਭੈਣਾਂ ਦਾ ਆਉਣ ਦਾ ਕੋਈ ਪ੍ਰਬੰਧ ਹੈ ਹਾਂਜੀ ਸਾਡੇ ਮਾਈਆਂ ਭੈਣਾਂ ਆਈਆਂ ਸੀ ਬੀਬੀਆਂ ਆਈਆਂ ਸੀ ਸਾਡੇ ਰਹਿ ਕੇ ਗਈਆਂ ਆ ਉਹ ਚੱਲ ਗਏ ਜਾਣ ਕੇ ਜਦੋਂ ਹੁਣ ਪ੍ਰੋਗਰਾਮ ਸੀਗਾ ਥੋੜੇ ਦਿਨ ਹੋ ਗਏ ਆ ਉਦੋਂ ਆਈਆਂ ਸੀਗੀਆਂ ਹਾਂ ਆਈਆਂ ਸੀ ਕਿ ਆ ਰਿਹਾ ਕਿ ਪੰਜਾਂ ਦਾ ਰਹਿ ਗਏ ਸਾਡੇ ਬੀਬੀਆਂ ਰਾਤ ਹੀ ਗਈਆਂ ਆ ਚਾਰ ਜਣੇ ਰਹੀ ਜੀ ਜੀ ਇਹ ਤਸਵੀਰਾਂ ਤੁਹਾਨੂੰ ਫੇਰ ਦਿਖਾਉਨੇ ਆ ਕਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਨੇ ਵੀਰ ਹੋਰ ਸਾਡੇ ਨਾਲ ਮੇਰੇ ਕੀ ਕਹਿਣਾ ਚਾਹਣਾ ਹੈ ਕਿਸਾਨੀ ਸੰਘਰਸ਼ ਬਾਰੇ ਕਿਵੇਂ ਲੱਗਦਾ ਹੈ ਦਿਲ ਲੱਗਿਆ ਨੌਜਵਾਨਾਂ ਕਦੇ ਪਿੰਡਾਂ ਦੇ ਵਿੱਚ ਦੀਆਂ ਸੱਥਾਂ ਵਿੱਚ ਬੈਠ ਕੇ ਦੋਸਤਾਂ ਦੇ ਨਾਲ ਵਿਚਰਦਾ ਹੋਵੇਂਗਾ ਮੋਟਰਸਾਈਕਲ ਚੱਲ ਕੇ ਗੇੜੇ ਮਾਰਦਾ ਫਿਰਦਾ ਹੋਵੇਂਗਾ ਇੱਥੇ ਬੰਨਣ ਤੇ ਨਹੀਂ ਲੱਗਦਾ ਇੱਕ ਜਗ੍ਹਾ ਤੇ ਬੈਠਣਾ ਨਹੀਂ ਨਹੀਂ ਵੀਰ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਸਾਰਾ ਕੁਝ ਸਾਡੇ ਬਾਰੇ ਦਿਖਾ ਰਹੇ ਆ ਤਾਂ ਇਹ ਦੇਖ ਕੇ ਸਾਡੇ ਪਿੰਡ ਚੋਂ ਸਾਡੇ ਪੰਜਾਬ ਚੋਂ ਹੋਰ ਲੋਕੀ ਆਉਣਗੇ ਤੇ ਆਪਾਂ ਨੂੰ ਬਹੁਤ ਵਧੀਆ ਲੱਗਦਾ ਆ ਆਪਾਂ 25 ਤਰੀਕ ਦੇ ਇੱਥੇ ਜੁਟੇ ਆ ਪਹਿਲਾਂ 2.5 ਮਹੀਨੇ ਲਗਾਤਾਰ ਇੱਥੇ ਉਦੋਂ ਬਾਅਦ ਚ ਅਸੀਂ ਬਾਰੀਆਂ ਪਾਲੀਆਂ ਕਿਉਂਕਿ ਸਾਨੂੰ ਪਤਾ ਲੱਗ ਗਿਆ ਸੰਘਰਸ਼ ਲੰਮਾ ਆ ਤੇ ਅਸੀਂ ਫੇਰ ਉਦੋਂ ਬਾਅਦ ਆਪਣੀਆਂ 15-15 ਦੈਂਦੀਆਂ ਬਾਰੀਆਂ ਪਾਲੀਆਂ ਕਿਉਂਕਿ ਆਪਣਾ ਪਿੱਛੇ ਖੇਤੀ ਦਾ ਵੀ ਕੰਮ ਆ ਗੰਨਾ-ਗੁੰਨਾ ਵੀ ਬੀਜਣਾ ਸੀਗਾ ਤੇ ਆਪ ਕੰਮ ਕਰਦਾ ਗੰਨਾ ਬੀਜਦਾ ਸਾਰਾ ਕੁਝ ਹਾਂਜੀ ਮੈਂ ਤੇ ਮੇਰੇ ਫਾਦਰ ਸਾਹਿਬ ਆਈ ਦੋਨੇ ਜਣੇ ਕੰਮ ਕਰਦੇ ਆ ਤੇ ਨਾਲ ਸਾਡੀ ਸਾਰੀ ਫੈਮਿਲੀ ਆ ਨਾਲ ਮੇ ਚਾਚਾ ਹੁਣੀ ਵੀ ਆ ਸਾਡੇ ਇਕੱਠੇ ਰਹਿੰਦੇ ਆ ਆ ਤੁਹਾਡੇ ਸਾਹਮਣੇ ਨੇ ਜੀ ਵੀਰ ਦੀਆਂ ਤਸਵੀਰਾਂ ਜਿਹੜੇ ਕਹਿੰਦੇ ਨੇ ਵੀ ਹਾਂ ਪੰਜਾਬ ਦੇ ਜਿਹੜੇ ਮੁੰਡੇ ਨੇ ਉਹ ਵਾਰਾ ਕਰਦੀਆਂ ਕਰਦੇ ਫਿਰਦੇ ਨੇ ਕਿੱਧਰ ਨੂੰ ਭੱਜੇ ਫਿਰਦੇ ਨੇ ਕੰਮ ਨਹੀਂ ਕਰਦੇ ਆਪਣੇ ਬਾਪੂ ਦੇ ਨਾਲ ਲਾ ਕੇ ਕੰਮ ਕਰਾਉਂਦਾ ਮੁੰਡਾ ਹੋਰ ਵੀਰੇ ਕੀ ਕਹਿਣਾ ਚਾਹਣਾ ਇੱਥੇ ਕੀ ਖਾਸ ਮਾਹੌਲ ਦੇਖਿਆ ਹੋਵੇ ਤੂੰ ਹੋਰ ਕੋਈ ਹੋਰ ਇੱਥੇ ਆ ਸਾਨੂੰ ਸਾਡੀ ਜ਼ਿੰਦਗੀ ਦੇ ਬਹੁਤ ਨਵੀਆਂ ਸਿੱਖਿਆਵਾਂ ਮਿਲੀਆਂ ਕਿਉਂਕਿ ਅਸੀਂ ਪ੍ਰਸ਼ਾਦਾ ਬਣਾਉਣਾ ਸਿੱਖਿਆ ਲੋਕਾਂ ਨੂੰ ਬਾਬੇ ਨਾਨਕ ਦਾ ਲੰਗਰ ਲਾਉਣਾ ਸਿੱਖਿਆ ਅੱਗੇ ਤਾਂ ਆਪਾਂ ਦੇਖਦੇ ਹੁੰਨੇ ਸੀਗੇ ਗੁਰਦੁਆਰਿਆਂ ਦੇ ਵਿੱਚ ਹੀ ਲੰਗਰ ਲੱਗਦਾ ਕੱਲਾ ਹੁਣ ਤਾਂ ਮੰਨ ਲਓ ਕਿ ਅਸੀਂ ਇੱਥੇ ਵੀ ਆਉਂਦੇ ਆ ਕੋਈ ਵੀ ਸਾਡਾ ਪਰਾ ਭੈਣ ਰਾਤ ਨੂੰ ਕੋਈ ਕਿਸੇ ਨੂੰ ਵੀ ਤਕਲੀਫ ਆ ਕੇ ਤੋਂ ਰਹਿਣ ਦਾ ਨਹੀਂ ਸਾਧਨ ਹੈਗਾ ਕੋਈ ਪਿੰਡ ਉੱਦੀ ਆ ਜਨ ਅਸੀਂ ਹੁਣ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਆ ਦੇ ਗਾਹਾਂ ਅਸੀਂ ਗਰਮੀਆਂ ਦੇ ਵਿੱਚ ਏਸੀ ਦੀ ਵੀ ਪੂਰੀ ਪਲੈਨਿੰਗ ਕਰ ਰਹੇ ਆਂ ਤੇ ਵੱਡੀ ਸ਼ੈੱਡ ਪਾ ਕੇ ਤੇ ਏਸੀ ਵੀ ਲਾਵਾਂਗੇ ਇੱਥੇ ਪਹਿਲਾਂ ਅਸੀਂ ਸਿਆਲਾਂ ਦੇ ਵਿੱਚ ਇੱਥੇ ਟੈਂਟ ਸਿਟੀ ਬਣਾਈ ਸੀਗੀ ਤੇ ਸਾਡੇ ਆਪਣੇ ਸਾਰੇ ਭਰਾਵਾਂ ਦੇ ਸਾਥਕਾਰਾਂ ਤੇ ਸਾਡੇ ਪ੍ਰਧਾਨ ਦੇ ਸਾਹਿਬ ਦੇ ਸਾਥ ਦੇ ਕਾਰਨ ਇਹ ਟੈਂਟ ਸਿਟੀ ਬਣਾਈ ਸੀਗੀ ਤਲੁਕੀ ਇੱਥੇ ਰਹਿੰਦੇ ਸੀਗੇ ਸਾਡੇ ਕੋਲ ਤੇ ਹੁਣ ਅਸੀਂ ਉਹ ਸਿਸਟਮ ਚੱਕ ਦਿੱਤਾ ਕਿਉਂਕਿ ਹੁਣ ਗਰਮੀਆਂ ਦਾ ਮਾਹੌਲਾ ਤੰਬੂਆਂ ਦੇ ਵਿੱਚ ਨਹੀਂ ਰਿਹਾ ਜਾਣਾ ਸੀ ਹੁਣ ਵੱਡੀ ਸ਼ੈੱਡ ਪਾਉਣ ਦੀ ਸੋਚ ਰਹੇ ਆਂ ਆ ਜਿਵੇਂ shaadi.com ਚੱਲਦੀ ਹੈ ਕਿਸੇ ਮੁੰਡੇ ਦਾ ਵਿਆਹ ਹੁੰਦਾ ਹੈ ਤੇ ਅਖਬਾਰ ਦੇ ਵਿੱਚ ਵੀ ਨਿਊਜ਼ ਦਿੱਤੀ ਜਾਂਦੀ ਹੈ ਨਾ ਤੇਰਾ ਮਤਲਬ ਜਦੋਂ ਤੇਰਾ ਵਿਆਹ ਹੋਊਗਾ ਤੇ ਉਹਦੇ ਵਿੱਚ ਖਾਸ ਲਿਖ ਕੇ ਲਾਉਣਾ ਪਊਗਾ ਨਾ ਵੀ ਮੁੰਡਾ ਰੋਟੀਆਂ ਵੀ ਪਕਾਉਣਾ ਸਿੱਖਦਾ ਭਾਈ ਹਾਂਜੀ ਹਾਂਜੀ ਇਹ ਤਾਂ ਚਲੋ ਹੁਣ ਵਾ ਇੱਥੇ ਜਿੰਨੇ ਵੀ ਸਾਡੇ ਭਰਾ ਆਏ ਆ ਸਾਰੇ ਆਪ ਕੋ ਹੱਥੀਂ ਕੰਮ ਕਰਨਾ ਸਿੱਖ ਗਏ ਆ ਕੋਈ ਵੀ ਹੁਣ ਕਿਸੇ ਤੇ ਡਿਪੈਂਡ ਨਹੀਂ ਹੈਗਾ ਕਿਸੇ ਦੇ ਮੂੰਹ ਹਲੋਣੀ ਦੇਖਦਾ ਸਵੇਰ ਨੂੰ ਜਿਹਨੇ ਚਾਹ ਪੀਣੀ ਆਪਣਾ ਮੂੰਹ ਹੱਥ ਧੋ ਕੇ ਬਰਸ਼ ਕਰਕੇ ਆਪਣਾ ਚਾਹ ਬਣਾਉਂਦਾ ਆ ਪੀਂਦਾ ਆ ਜਿਹਨੂੰ ਕਿਸੇ ਵੀ ਚੀਜ਼ ਦੀ ਲੋੜਾ ਆਪਣੇ ਆਪ ਬਣਾ ਕੇ ਖਾ ਸਕਦਾ ਆ ਵੀ ਮੰਨ ਲਓ ਆਪਾਂ ਕਿਸੇ ਦੇ ਥਾਲ ਨਹੀਂ ਦੇਖ ਸਕਦੇ ਬਾਕੀ ਅਸੀਂ ਹੁਣ ਗਰਮੀਆਂ ਦੇ ਵਿੱਚ ਆ ਦੇਖੋ ਰਸੋਈ ਬਹੁਤ ਵਧੀਆ ਬਣਾ ਲਈ ਆ ਇਹ ਸਾਰਾ ਸਮਾਨ ਅਸੀਂ ਪਿੰਡੋਂ ਲਿਆਂਦਾ ਆ ਤੇ ਪਰ ਅਸੀਂ ਤਿਆਰ ਇੱਥੇ ਸਾਡੇ ਪ੍ਰਧਾਨ ਸਾਹਿਬ ਅਤੇ ਸਾਡੇ ਸਾਰੇ ਵੀਰਾਂ ਦੇ ਨਾਲ ਮਦਦ ਦੇ ਨਾਲ ਅਸੀਂ ਇਹ ਸਾਰਾ ਕੀਤਾ ਆ ਤੇ ਇਹਦੇ ਨਾਲ ਇਦਾਂ ਆ ਵੀ ਸਾਨੂੰ ਗਰਮੀਆਂ ਦੇ ਵਿੱਚ ਦਿੱਕਤ ਨਹੀਂ ਹੋਊਗੀ ਨਹੀਂ ਤਾਂ ਅੱਗੇ ਅਸੀਂ ਪਹਿਲਾਂ ਪ੍ਰਸ਼ਾਦਾ ਬਾਹਰ ਬਣਾਉਂਦੇ ਹੁੰਦੇ ਸੀਗੇ ਹੁਣ ਇਦਾਂ ਮੱਖੀਆਂ ਮੱਛਰ ਥੋੜਾ ਵੱਧ ਗਿਆ ਆ ਬਾਕੀ ਸਫਾਈ ਦਾ ਵੀ ਪੂਰਾ ਧਿਆਨ ਰੱਖਣਾ ਪੈਣਾ ਆ ਇੱਥੇ ਤਾਂ ਇਸੇ ਕਰਕੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਆ ਤੁਹਾਡੇ ਸਾਹਮਣੇ ਨੇ ਜੀ ਇਹ ਤਸਵੀਰਾਂ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਨੇ ਵੀਰ ਤੁਸੀਂ ਸਾਰੇ ਦੇਖ ਸਕਦੇ ਹੋ ਕਿਵੇਂ ਰਲ ਮਿਲ ਕੇ ਪ੍ਰਸ਼ਾਦਾ ਤਿਆਰ ਕਰਦੇ ਨੇ ਖਾਸ ਪ੍ਰਬੰਧ ਕੀਤੇ ਨੇ ਨੇ ਭੈਣਾਂ ਦੇ ਲਈ ਬੀਬੀਆਂ ਦੇ ਲਈ ਬੀਬੀਆਂ ਭੈਣਾਂ ਆ ਕੇ ਨਾ ਟੈਂਟਾਂ ਦੇ ਵਿੱਚ ਲੈ ਰਹਿ ਸਕਦੀਆਂ ਨੇ ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਆ ਵੀ ਜਾਲੀਆਂ ਵੀ ਬਕਾਇਦਾ ਲਗਾ ਦਿੱਤੀਆਂ ਗਈਆਂ ਨੇ ਮੱਛੀ ਜਿਹੜਾ ਹੈ ਮੱਖੀ ਨਾ ਆਵੇ ਮੱਛਰ ਨਾ ਆਵੇ ਕੋਈ ਹੋਰ ਕੀੜਾ ਮਕੌੜਾ ਅੰਦਰ ਨਾ ਪਹੁੰਚ ਸਕੇ ਇਹ ਖਾਸ ਸਾਰੇ ਪ੍ਰਬੰਧ ਨੇ ਵੀਰਾਂ ਦੇ ਵੱਲੋਂ ਕਰ ਦਿੱਤੇ ਗਏ ਨੇ ਪਿੰਡਾਂ ਦੇ ਵੀ ਆਪਾਂ ਜਦੋਂ ਗੱਲ ਕਰਦੇ ਆ ਤਾਂ ਪਿੰਡਾਂ ਦੇ ਲੋਕ ਜਿਹੜੇ ਨੇ ਕਹਿੰਦੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਕੋਈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਪਿੱਛੇ ਤੱਕ ਹੋਰ ਤਸਵੀਰਾਂ ਨੇ ਪਿੱਛੇ ਵੀ ਟਰਾਲੀਆਂ ਦੇ ਵਿੱਚ ਆ ਦੇਖ ਲਓ ਇਸ ਤਰ੍ਹਾਂ ਜਾਲੀਆਂ ਜਿਹੜੀਆਂ ਬਕਾਇਦਾ ਜਾਲੀਆਂ ਲਗਾ ਦਿੱਤੀਆਂ ਗਈਆਂ ਨੇ ਟਰਾਲੀਆਂ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਪਾਣੀ ਦਾ ਪ੍ਰਬੰਧ ਜਿਹੜਾ ਹੈਗਾ ਖਾਣ ਪੀਣ ਦਾ ਪ੍ਰਬੰਧ ਆਟੇ ਦਾ ਦਾਲਾਂ ਦਾ ਸਬਜ਼ੀਆਂ ਦਾ ਸਾਰਾ ਪ੍ਰਬੰਧ ਇਸ ਤਰ੍ਹਾਂ ਵੀਰਾਂ ਨੇ ਟਰਾਲੀਆਂ ਦੇ ਵਿੱਚ ਕਿਉਂਕਿ ਕਿਸੇ ਟਾਈਮ ਟਰਾਲੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਵਿਸ਼ਰਾਮ ਕਰਦੇ ਸੀ ਸੌਂਦੇ ਸੀ ਤੇ ਹੁਣ ਜਿਹੜਾ ਹੈ ਉਹ ਇੱਥੇ ਖਾਸ ਪ੍ਰਬੰਧ ਨੇ ਜਿਹੜੇ ਉਹ ਗਰਮੀਆਂ ਦੇ ਕੀਤੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੀ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਇਦਾਂ ਤਰ੍ਹਾਂ ਦੀਆਂ ਇਸੇ ਤਰ੍ਹਾਂ ਦੀਆਂ ਫੀਲਡ ਦੀਆਂ ਤਸਵੀਰਾਂ ਜਿਹੜੀਆਂ ਫੀਲਡ ਦੇ ਵਿੱਚ ਤਸਵੀਰਾਂ ਹੋਣਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਕਿਸ ਤਰ੍ਹਾਂ ਲੋਕ ਰਹਿੰਦੇ ਨੇ ਕਿਵੇਂ ਵੰਦ ਪੈਂਦੇ ਨੇ ਕਿਵੇਂ ਰਹਿੰਦੇ ਨੇ ਕਿਵੇਂ ਖਾਣਾ ਬਣਾਉਂਦੇ ਨੇ ਨੌਂ ਜ਼ੁਬਾਨਾਂ ਦੇ ਅੰਦਰ ਕਿਹੜੇ ਵਿਚਾਰ ਚੱਲਦੇ ਨੇ ਇਸੇ ਤਰ੍ਹਾਂ ਨੇਚਰਲ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਜੁੜੇ ਰਹੋ ਸਾਡੇ ਨਾਲ ਸੁਰਖਾਵ ਟੀਵੀ ਤੇ ਮੈਂ ਅਮਰਪ੍ਰੀਤ ਸਿੰਘ